जी ये 123 नंबर FIR दर्ज हुई है 23/7/2023 की सैक्शन 353 186 506 IPC थाना सिटी के ये कल रात साढ़े PCR के कर्मचारी चैकिंग कर रहे थे सिटी रोड बटाला के इन्होंने जो तीन कोई एक्टिवा सवार जो व्यक्ति ने उन्होंने रोक के जो उन्होंने को आइडेंटिफिकेशन चैक कर रहे थे आइडेंटिटी उन्होंने तो ये उन्होंने व्यक्तियों के वलों शराब उन्होंने व्यक्ति ने शराब पीती हुई सी साढ़े मुलाजमान जी मुलाजम ने रिकॉर्डिंग भी की है फोन के उपर काफ़ी गालमन का उन्होंने वालों जोड़ा किया गया तो वो जी ड्यूटी कर रहे अपनी उस ड्यूटी के उन्होंने विघन पाया जिसते केस रजिस्टर होया अज सवेरे इन एक व्यक्ति जरा सवेरे कर्मचारी उसनों जोड़ा लैन गए से घरों
ਜਿਹਦੇ ਵਿੱਚ ਉਹਦੇ ਨਾਲ ਪਰਿਵਾਰਕ ਮੈਂਬਰ ਅਤੇ ਉਹ ਐਕਟੀਵਾ ਦੇ ਉੱਤੇ ਫਿਰ ਥਾਣੇ ਵਿੱਚ ਉਹਦੀ ਪੁੱਛ ਪੜਤਾਲ ਕਰਨ ਲਈ ਉਹਨੂੰ ਲੈ ਕੇ ਆਉਂਦਾ ਗਿਆ ਸੀ। ਉਹਦੇ ਪਿੱਛੇ ਜਿਹੜੇ ਸਾਰੇ ਹੀ ਜਿਹੜੇ ਕਾਫੀ ਜ਼ਿਆਦਾ ਇਕੱਠ ਜਿਹੜਾ ਉਹ ਥਾਣੇ ਵਿੱਚ ਪਹੁੰਚ ਗਿਆ। ਤੋ ਉਸ ਇਕੱਠ ਦੇ ਵਿੱਚ ਹੀ ਜਿਹੜਾ ਹੈ ਬੰਦਾ ਜਿਹੜਾ ਇਹਦੇ ਕੋਲੋਂ ਜੇ ਪੁੱਛ ਪੜਤਾਲ ਨਹੀਂ ਹੋਈ ਤਾਂ ਇਹ ਬੰਦਾ ਥਾਣੇ ਤੋਂ ਚਲਾ ਗਿਆ। ਇਹ ਜਿਹੜਾ ਥਾਣੇ ਤੋਂ ਚਲਾ ਗਿਆ ਇਹਦੇ 'ਚ ਜਿਹੜਾ ਕਾਰਵਾਈ ਦੀ ਗੱਲ ਕੀਤੀ ਜਾਵੇ ਜੀ, ਅਤੇ ਇਹ ਜਿਹੜਾ ਲੈ ਕੇ ਗਿਆ, ਕਿਉਂਕਿ ਸੀਸੀਟੀਵੀ ਵੀ ਸਾਹਮਣੇ ਤੁਸੀਂ ਦੇਖ ਲਈ ਆ, ਜਿਹੜਾ ਲੈ ਗਿਆ ਉਹਦੇ ਖਿਲਾਫ਼ ਕੋਈ ਕਾਰਵਾਈ ਜਾਂ ਜਿਹੜੇ ਮੁਲਾਜ਼ਮਾਂ ਕੋਲੋਂ ਸਕਿਪ ਕਰ ਗਿਆ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਕੀਤੀ ਜਾਣੀ? ਜੀ, ਕਿਉਂਕਿ ਇਹ ਇਸ ਵਿਅਕਤੀ ਨੂੰ ਅਜੇ FIR ਦੇ ਵਿੱਚ ਇਹਦੇ ਵਿੱਚ ਇਹਦੀ ਪੁੱਛਗਿੱਛ ਕੀਤੀ ਜਾਣੀ ਸੀ ਅਤੇ ਅਜੇ ਇਹਦੀ ਅਰੈਸਟ ਨਹੀਂ ਪਈ ਹੈਗੀ। ਅਜੇ ਇਹਨੂੰ ਮੈਸੇਜ ਹੀ ਲਾਇਆ ਸੀ ਸਵੇਰੇ ਘਰ ਅਤੇ ਥਾਣੇ ਪਹੁੰਚਿਆ ਸੀ, ਜਿਹਦੇ ਨਾਲ ਪਿੱਛੇ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਰਾ ਪਰਿਵਾਰ ਹੀ ਆ, ਬਾਕੀ ਸਾਰੇ ਮੁਹੱਲਾ ਵਾਸੀ ਪਿੱਛੇ ਆ ਗਏ ਸੀ। ਅਤੇ ਇਹਦੇ ਵਿੱਚ ਜੇ ਕਸਟਡੀ 'ਚ ਹੁੰਦਾ, ਸਾਡੀ ਅਰੈਸਟ ਸਾਡੇ ਵੱਲੋਂ ਪਾਈ ਜਾਂਦੀ, ਫਿਰ ਅਸੀਂ ਜਿਹੜੀ ਸਾਡੀ ਕਾਰਵਾਈ ਜਿਹੜੀ ਹੋਰ ਆਉਣੀ ਸੀ, ਅਸੀਂ ਦੁਬਾਰਾ ਇਸ ਬੰਦੇ ਨੂੰ ਜਿਹੜੀ ਉਹਦੀ ਇਸ ਮੁਕੱਦਮੇ ਵਿੱਚ ਪੁੱਛਗਿੱਛ ਕਰਨ ਦੇ ਲਈ ਲੈ ਕੇ ਆਵਾਂਗੇ। ਇਹ ਤਾਂ ਪਤਾ ਨਹੀਂ, ਸਵੇਰੇ ਚਾਂਦ ਚੱਕੇ ਸਵੇਰੇ 6 ਵਜੇ 6:30 ਦਾ ਸਮਾਂ ਹੋਊਗਾ, ਅਤੇ ਅੰਸ਼ੂ ਹਾਂਡੇ ਦੇ ਘਰ ਸਵੇਰੇ ਸਵੇਰੇ ਪੁਲਿਸ ਜਾ ਕੇ ਗਈ ਹੈ। ਉਹਦੀ ਮੰਮਾ ਨੇ ਬੂਹਾ ਖੋਲ੍ਹਿਆ, ਮਦਰ ਉਹਦੀ ਕੌਂਸਲਰ ਨੇ 4 ਵਾਰ ਉਹਨਾਂ ਬੂਹਾ ਖੋਲ੍ਹਿਆ, ਇਹਨਾਂ ਨੂੰ ਕਿਹਾ ਉਹ ਚਾਹ ਪਾਣੀ ਪੀਓ, ਇਹਨਾਂ ਕਿਹਾ ਅੰਸ਼ੂ ਹਾਂਡੇ ਨੂੰ ਬੁਲਾਓ, ਉਹਨਾਂ ਨੇ ਅੰਸ਼ੂ ਹਾਂਡਾ ਉੱਪਰ ਦਾ ਉਹਨੂੰ ਆਵਾਜ਼ ਮਾਰੀ ਹੈ ਕਿਤੇ ਜੋ ਇਹਨਾਂ ਦੱਸਿਆ। ਉਹ ਥੱਲੇ ਆਇਆ, ਉਹਨਾਂ ਕਿਹਾ ਥਾਣੇ ਤੁਹਾਨੂੰ ਖੜਨਾ। ਉਹਨਾਂ ਪੁੱਛਿਆ ਕੀ ਗੱਲ, ਕਹਿੰਦੇ ਨਹੀਂ ਆਓ ਥਾਣੇ ਚੱਲੋ। ਉਹ ਥਾਣੇ ਆ ਗਏ, ਉਹਨਾਂ ਸਮਝਿਆ ਵੀ ਰੂਟੀਨ ਦੇ ਵਿੱਚ ਕੋਈ ਪਤਾ ਨਹੀਂ ਕਈ ਵਾਰੀ ਕਿਸੇ ਦੀ ਗਵਾਹੀ ਹੋਊਗੀ ਜਾਂ ਕੀ ਨਹੀਂ ਗੱਲ ਹੋਊਗੀ, ਉਹ ਇੱਥੇ ਆ ਗਿਆ। ਇੱਥੇ ਆ ਕੇ ਉਹਨਾਂ ਨੇ ਉਹਨੂੰ ਬਾਲਿਆ। ਲਗਭਗ 7 ਵਜੇ ਮੈਨੂੰ 7 ਵਜੇ ਨਾਲ ਮੈਨੂੰ ਟੈਲੀਫੋਨ 'ਤੇ ਪਤਾ ਲੱਗਿਆ ਵੀ ਅੰਸ਼ੂ ਹਾਂਡੇ ਨੂੰ ਪੁਲਿਸ ਥਾਣੇ ਲੈ ਗਈ। ਮੈਂ ਉੱਠਿਆ ਵਾਂ, ਉਸੇ ਤਰ੍ਹਾਂ ਹੀ ਆ ਕੇ ਥਾਣੇ ਬੈਠ ਗਿਆ, ਪੁੱਛਿਆ ਇਹਨੂੰ। ਇਹ ਦੱਸਦੇ ਹਾਂ ਜੀ। ਫਿਰ ਹੌਲੀ ਹੌਲੀ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ, ਤਾਂ ਉਹ ਕਹਿੰਦੇ ਮੈਂ ਨਹਾ ਧੋ ਰਿਹਾ, ਅਤੇ ਉਹਨਾਂ ਨੇ ਆਪਣੇ ਮੈਨੂੰ ਥੋੜ੍ਹੀ ਜਾਣਕਾਰੀ ਦਿੱਤੀ ਵੀ ਰਾਤ ਇਹਨਾਂ ਨੇ ਕੋਈ ਪੁਲਿਸ ਨਾਲ ਮਿਸਬਿਹੇਵ ਕੀਤਾ ਵਾ, ਉਹਦਾ ਇਹਨਾਂ ਦੇ ਖਿਲਾਫ਼ ਪਰਚਾ ਕੀਤਾ, ਇਹ ਇੰਸਪੈਕਟਰ ਸਿਟੀ ਨੇ ਦੱਸਿਆ। ਮੈਂ ਕਿਹਾ ਜੀ ਉਹ ਕੋਈ ਤੁਹਾਡੇ ਕੋਲ ਸਬੂਤ ਹੈਗਾ ਜਾਂ ਕੀ ਹੈਗਾ? ਇਹਨਾਂ ਨੇ ਕਿਹਾ ਜੀ ਸਾਡੇ ਕੋਲ ਵੀਡੀਓ ਹੈਗੀ, ਰਿਕਾਰਡਿੰਗ ਹੈਗੀ ਵੀਡੀਓ ਦੀ, ਔਰ ਵੀਡੀਓ ਰਿਕਾਰਡਿੰਗ ਦੇ ਵਿੱਚ ਇਹ ਕਲੀਅਰ ਹੈਗਾ ਵੀ ਅੰਸ਼ੂ ਹਾਂਡੇ। ਅਸੀਂ ਇਹਨਾਂ ਕੋਲ ਵੀਡੀਓ ਰਿਕਾਰਡਿੰਗ ਮੰਗਦੇ ਰਹੇ ਹਾਂ, ਸਵੇਰ 7 ਵਜੇ ਤੋਂ ਆਏ ਦਿਨ 9 ਵਜੇ ਦੇ ਕਰੀਬ 8:30। ਇਹ ਰਿਕਾਰਡਿੰਗਾਂ ਕਿਸੇ ਦੀਆਂ ਨਹੀਂ, ਪਬਲਿਕ ਦੀਆਂ ਨਹੀਂ, ਜਿਹੜੇ ਪੁਲਿਸ ਨਾਕੇ 'ਤੇ ਖੜ੍ਹੇ ਮੁਲਾਜ਼ਮ ਨੇ ਉਹਨਾਂ ਨੇ ਬਣਾਈ ਵੀਡੀਓ। ਉਹ ਅਸੀਂ ਵੀਡੀਓ ਚੈੱਕ ਕੀਤੀਆਂ ਜਿਹੜੀਆਂ ਸਾਨੂੰ ਇਹਨਾਂ ਨੇ 2 ਵੀਡੀਓ ਦਿੱਤੀਆਂ ਪੁਲਿਸ ਨੇ, ਉਹ ਵੀਡੀਓ ਦੇ ਵਿੱਚ ਕਿਤੇ ਨਾ ਅੰਸ਼ੂ ਹਾਂਡੇ ਦੀ ਆਵਾਜ਼ ਆ ਨਾ ਅੰਸ਼ੂ ਹਾਂਡਾ ਵਿੱਚ। ਇਹ ਕਹਿਣ ਲੱਗੇ ਜੀ ਅਸੀਂ ਪਰਚਾ ਉੱਤੇ ਦੇ ਦਿੱਤਾ ਜਾਂ ਦੇਣ ਲੱਗੇ ਹਾਂ, ਇਹਨਾਂ ਨੇ ਕੱਲ੍ਹ ਨੂੰ ਕਲੀਅਰ ਨਹੀਂ ਕੀਤਾ। ਉਦੋਂ ਦਾ ਕਦੀ DSP ਸਾਹਿਬ ਨਾਲ ਗੱਲ ਕਰ ਰਹੇ ਹਾਂ, ਕਦੀ SSP ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਹੁਣੇ ਜਵਾਬ ਦਿੰਦੇ। ਉਹਦੇ ਰਿਗਾਰਡਿੰਗ ਅਸੀਂ ਇੱਥੇ ਸਵੇਰ ਦੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੋਕ ਜਿਹੜੇ ਆ ਇਕੱਠੇ ਹੋਏ, ਜਿੰਦਾਬਾਦ ਮੁਰਦਾਬਾਦ ਜਿਹੜਾ ਇੱਥੇ ਆਪਣੇ ਕੁਝ ਹੋਇਆ, ਜਿੰਦਾਬਾਦ ਮੁਰਦਾਬਾਦ ਇੱਥੇ ਬੈਠੇ ਨੇ ਹੋਇਆ। ਜਿਹੜਾ ਇਹ ਮਸਲਾ ਬਹਿਸਬਾਜ਼ੀ ਦਾ ਹੋਇਆ ਜਾਂ ਪੁਲਿਸ ਨੇ ਮਾਮਲਾ ਦਰਜ ਕੀਤਾ, ਕਿਉਂ ਕੀਤਾ ਗਿਆ? ਦੇਖੋ, ਬਹਿਸਬਾਜ਼ੀ ਕੋਈ ਨਹੀਂ ਗੀ। ਸਵੇਰੇ ਜਿੱਦਾਂ ਨਰੇਸ਼ ਸਾਡੇ ਐਕਸ ਪ੍ਰੈਜੀਡੈਂਟ ਕੌਂਸਲ ਬਟਾਲਾ ਦੇ, ਉਹਨਾਂ ਨੇ ਦੱਸਿਆ ਤੁਹਾਨੂੰ ਸਾਰੀ ਗੱਲ ਕਲੀਅਰ ਕੱਟ ਕਿ ਬੜੇ ਆਰਾਮ ਨਾਲ ਜਿਹੜੇ ਉਹ ਮੁਲਾਜ਼ਮ ਗਏ ਨੇ, ਔਰ ਮਦਰ 4 ਵਾਰ ਦੇ ਕੌਂਸਲਰ ਨੇ ਅੰਸ਼ੂ ਹਾਂਡਾ ਜੀ ਦੇ, ਉਹਨਾਂ ਨੇ ਉਹਨਾਂ ਨੂੰ ਕਿਹਾ, ਉਹਨਾਂ ਨੇ ਕਿਹਾ ਉਹ ਚਾਹ ਪਾਣੀ ਪੀਓ। ਉਹ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਅੰਸ਼ੂ ਹਾਂਡਾ ਉੱਥੇ ਨਾ ਮਿਲਦਾ, ਠੀਕ ਆ। ਜੇ ਪੁਲਿਸ ਨੂੰ ਡਾਊਟ ਆ ਉਹ ਕਲੀਅਰ ਕਰਨ। ਅਸੀਂ ਆਉਂਦੇ ਹਾਂ ਬੜੇ ਇਤਮਾਨ ਨਾਲ, ਸਾਰੀ ਪਾਰਟੀ ਦੇ ਲੋਕ ਆਏ ਆ, ਐਪਲੀਕੇਸ਼ਨ ਦਿੱਤੀ, ਇੰਸਪੈਕਟਰ ਸਾਹਿਬ ਨਾਲ ਗੱਲ ਕੀਤੀ, ਉੱਤੇ ਡਿਪਟੀ ਸਾਹਿਬ ਨਾਲ ਕੀਤੀ, ਉਹ ਕਹਿੰਦੇ ਮੈਂ ਛੁੱਟੀ 'ਤੇ SSP ਸਾਹਿਬ ਨਾਲ ਕੀਤੀ, ਉਹ ਕਹਿੰਦੇ ਠੀਕ ਆ ਤੁਸੀਂ ਇਨਕੁਆਇਰੀ। ਅਸੀਂ ਕਿਹਾ ਸਾਨੂੰ ਇਨਕੁਆਇਰੀ ਕਰਾਓ, ਜੇ ਕਿਸੇ ਚੀਜ਼ ਦੇ ਵਿੱਚ ਉਹ ਗਿਲਟੀ ਆ ਤਾਂ ਠੀਕ ਆ, ਕੋਈ ਕਿਸੇ ਮੁਲਾਜ਼ਮ ਦੇ ਖਿਲਾਫ਼ ਜੇ ਕੋਈ ਬੋਲਿਆ ਵਾ ਅਸੀਂ ਉਹਦੇ ਹੱਕ 'ਚ ਨਹੀਂ ਗਏ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਇਨਸਾਫ਼ ਪਸੰਦ ਵਾ, ਪਰ ਅਸੀਂ ਥਾਣੇ ਉਦੋਂ ਦੇ ਸਾਰੀ ਪਾਰਟੀ ਖੜੇ ਹਾਂ, ਅਸੀਂ ਐਪਲੀਕੇਸ਼ਨ ਦਿੱਤੀ ਆ, ਇਨਕੁਆਇਰੀ ਹੋਵੇ, ਇਨਸਾਫ਼ ਹੋਵੇ, ਅਸੀਂ ਸਾਨੂੰ ਇਨਸਾਫ਼ ਚਾਹੀਦਾ। ਅਸੀਂ ਤਾਂ ਆਪਣਾ ਜਿਹੜਾ ਐਕਸ ਪ੍ਰੈਜੀਡੈਂਟ ਆ ਅੰਸ਼ੂ ਹਾਂਡਾ ਉਹਨੂੰ ਸਾਰੀ ਪਾਰਟੀ ਲੈਣ ਆਏ ਹਾਂ, ਵੀ ਜੇ ਉਹ ਗਿਲਟੀ ਆ ਤਾਂ ਠੀਕ ਆ, ਜੇ ਨਹੀਂ ਤਾਂ ਸਾਨੂੰ ਵਾਪਸ ਦਿਓ, ਅਸੀਂ ਇਨਕੁਆਇਰੀ ਕੀਤੀ ਹੈ, ਇਨਕੁਆਇਰੀ ਕਰੋ। ਪੁਲਿਸ ਨਾਲ ਗੱਲਬਾਤ ਹੋਈ ਆ, ਮੈਂ ਐਪਲੀਕੇਸ਼ਨ ਲਿਖ ਕੇ ਦਿੱਤੀ ਆ, ਔਰ ਮੈਂ ਡਿਮਾਂਡ ਕੀਤੀ ਹੈ ਕਿ ਇਨਕੁਆਇਰੀ ਕਰਕੇ ਜੇ ਕੋਈ ਗਲਤ ਕਾਰਵਾਈ ਹੋਈ ਆ ਜਾਂ ਕੋਈ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਮੁਲਾਜ਼ਮਾਂ ਨੂੰ ਇਹਨਾਂ ਨੇ ਕੋਈ ਗਲਤ, ਸਾਨੂੰ ਸਬੂਤ ਤੇ ਪ੍ਰੂਫ ਤੇ ਇਨਕੁਆਇਰੀ ਕਰਨਾ। ਲੋਕਾਂ ਨੇ ਪੁਲਿਸ ਨੇ ਕਿਹਾ ਕਿ ਇਹਨਾਂ ਨੇ ਮੁਲਾਜ਼ਮਾਂ ਨੂੰ ਗਾਲੀ ਕੱਢੀ ਆ, ਪਰ ਲੋਕ ਕਹਿ ਰਹੇ ਨੇ ਉੱਥੋਂ ਦੇ ਕਿ ਪੀਟਰ ਮਸੀਹ ਦੇ, ਮੈਂ ਐਪਲੀਕੇਸ਼ਨ ਦੇ ਵਿੱਚ ਲਿਖਿਆ ਕਿ ਦੋਵੇਂ ਪਾਸੇ ਇਨਕੁਆਇਰੀ ਹੋਵੇ,
पीटर मसीह के खिलाफ भी लोगों ने कहा कि वह दोनों जने आपस के जो लोगों ने कोई डिमांड की है तो वह भी हालत ठीक च नहीं सी। तो मैं डिमांड करता पुलिस को कि मेरा प्रेजीडेंट साडा राइट आ कि जो भी दुध है दुध पानी का पानी किया जा। ये रात ना साढ़े मुलाजम पी सी आते थे वो ड्यूटी के खालसा स्कूल लागे जी उत्थे रात को जोड़े रात लेट आवर रोड तो जोड़े भी नागरिक क्रॉस करते हैं उन्होंने रोक के पुछते भी कितों आए कि ना था कितने चले जी इधर उन्होंने ट्रीन च रोकया चैकिंग कर रहे थे उस रात उन्होंने दसिया भी तीन जने जोड़े ने उन्होंने ड्रिंक की हुई थी सूँ उन्होंने ड्यूटी दौरान मिस भी किया माड़ा चंगा बोलिया कि सानू क्यों रोकया तुम आम बंद किसी रोकया नहीं होर सानू क्यों रोकया कि फड़िया अच्छ बंदा कोई ये किया वो किया मतलब उन्होंने शान के खिलाफ बोलिया उन्होंने ड्यूटी विघन पाया रिगार्डिंग उन्होंने खिलाफ एफ आई आर दर्ज हुई 153 नंबर एक रामदास मल्होत्रा के कंश होंडा है नहीं जी सिंपल एफ आई आर दर्ज हुई ना लिखा कोई कंश होंडा तो दूसरा रामदास मल्होत्रा जी सानू कोई नहीं जो एफ आई आर फस्ट इनफॉर्मेशन की लॉज हुई ठीक है जी एफ आई आर लॉज हो 153 586 आई पी सी वो संबंध में अच्छ सवेरे अंश मंडल ने थाने बुलाया जी यो यदी तफ्तीश करने वास्ते मामला चल ये कह रहे भी मैं कुछ किया नहीं तफ्तीश चल रही आप कर रहे जी जी एक थाने के अंदर भाजपा लीडर की तिखी बहस भी होंगी नहीं बहस नहीं और उदा गल कर रहे भी साडा बंदा जो नजायज हो मैं यही तफ्तीश का मैटर है सर जिन्हें एक घटना वापरी सारा तफ्तीश मैटर करने कि किदा होया क्यों होया धरने से जिंदाबाद मुर्दाबाद भी हुई नहीं मैं नहीं सुनया जी गलबात कर रहे मगर आए कह रहे भी सानू घर चल गया जी हां जी तीन जने कैमरे लगे हुए थाने चेक कर रहे हैं जिस तरीके भाजपा के लीडर आके दबाव पुलिस बना रहे की जमानत दी जाएगी कि छड़ दिया जाएगा कि होएगा कानून मुताबिक जो होएगा सही वही होएगा सही तो जो बंदा उन्हें तो फरार हो गया उन्होंने फड़न लिए की किया जा रहा है पहले तो आप देख रहे हैं ना जी कैमरा चेक करते हैं किदा हो मिसप्लेस हो किस तरह हो सकता है सचो साहब कि एक पासे तो उसे मामला दर्ज है दूसरे पासे तुहाडा पक्का मुलाजम जो सेवादार आ वह सारे जाके वारी सिर चाह भी पिला रहा वा सारे की खिदमत भी कर रहे की गई मैंने नहीं पता मैं नहीं देखा देखो वीडियो जिस भाजपा लीडर ट्रे दे चाह ऑफर की जा रही थोड़े मुलाजम बुला रहे मैं नहीं पता बाहर किसी ने कोई निजी कोई जान होगा पाया मैं नहीं पता थोड़ा मुलाजम बुला रहे पक्का मुलाजम मैंने नहीं मैं बारे नॉलेज हैगी मेरे ध्यान नहीं वैसे हो सकता इतना कि जितने मामला दर्ज हो गए नहीं चेयर से भी जिस तरीके बैठे थे आओ सवेरे जिस तरीके भाजी बैठे थे इदा ही चेयर से बैठ गए इतने चंगी बहसबाजी भी हो रही कौन जितने मामला दर्ज है नहीं इतने नहीं बैठा कोई हाँ जी मेरा नाम है एस आई पीटर सिंह है थाना सिटी पी सी आर लगे जी जबरा 14 राती वे उच्च अफसर वालों हदायत हुई है कि मौका जो भी हालात चलन डे कि तुम रात को कोई भी व्हीकल लंघता वा कोई यहोजी कोई चीज़ लंघती है उन्होंने चैक करना वा उन्होंने पछाण करनी है भैड़ी पुरुषों की तो उन्होंने व्हीकल नंबर एड्रेस तो फोन नंबर उन्होंने नोट करना वा पहली गल तो जे जो दूसरा बंदा वैसे ही उन्होंने पता लग ही जाता भी बंदा गलत बंदा वा
असी हर एक जो भी नंगे डे व्हीकल आई उन्होंने हर एक चेक कर रहे हाँ तो उन्होंने मोटरसाइकिल नंबर तो फोन नंबर आप ही आप लिखी जा रहे साढ़े दस बजे दस चाली के करीब आए तीन भाई साहब होनी एक तो आए सी जी तिने बहू मोटरसाइकिल आए सी रजे शराबना आशु जी एक मिसाल ना लिखाया उन्होंने एक राम लो भाया मल्होत्रा जी एक होर है जी उन्होंने नाँ का भी पता लगे झगड़ा पे फिर उस तो पता नहीं लगा इन्हों का झगड़ा पे पहले तो ना लिखा डे पे ना लिखाया इन्होंने अपना पता नहीं की इन्हें दिमाग च आया इन्होंने उतर के गाला धमकी देनी शुरू करती चैक नहीं करते नहीं करते असी मैं वह कर दाँगा तुहाडा जे कर दाँगा मैनू भी गाला कड़िया इन्होंने मेरे महकमे नूं गाला कड़िया हाँ जी ते जो कि बहुत ही ज़्यादा माड़ी गल हैगी हाँ जी इस तो बाद फिर मैं चलो ये गाला कट के चले गए मैनू तो मैं थोड़ी जी क्लिप बनाई सी इन्हें वीडियो की जो झगड़न डे से यह भी मेरे बना से मैं बना लो मैं कि मैं कड़ा कोई गलत बोलन दिया वा तो मैं ना बहु बहु जी करता रहा पर इन्होंने सियाने वाली गल नहीं की वैसे कोई इन्होंने बहुत यानी कि भद्दी लैंग्वेज बदली बोली है अं तो अपने उस उच्च अफसर वालों अं तो साढ़े हुक्म ही जो अं तो उन्हें ड्यूटी पूरी करन दे उन्होंने नाले अं रात ड्यूटी करके लोगों की सुरक्षा करन दे रात ड्यूटी जाके भी कोई वारदात ना हो असी रात जाके भी सिर ते साडा कम ही होवा भी असी कोई यानी कि किसी के घर से कोई वारदात ना हो जाए सानूं कितों भी 100 नंबर से कॉल आउंदी असी उस टाइम जाने आप हाँ जी अं कोई अपने कोई डर डर के खतरे डर खतरे वाली कोई गल नहीं होंगी अं उदा ही जाने भी गाड़ी को हथियार भी हो सकता अगले को पर तभी अं ड्यूटी इमानदारी ना करन दे आ ते असी इस संबंध में नाका लाया सी खालसा स्कूल दे लागे ये तिने बहु साहब हुणी आए आ ते जिन्हां डकिया ते इन्हां ने पहलों क्या आर्डर ले लो एड्रेस ते बाद लिखाउंदे लिखाउंदे पता नहीं की हो गया ते उतर के स्कूटरी तो ते गाला मंदे शुरू करनी शुरू करतियां हाँ जी जिस करके मेरे उच्च अफसरां नूं गाला कढ़ियां ते मैनूं वी गाला कढ़ियां जो कि वीडियो क्लिप विच हैगियां वा हाँ जी ते शराब ना इन्नी पीती हुई सी कि वधों वध